ਦੌਰ ਦਾ ਜਸ਼ਨ ਕੀਤਾ ਤੇ ਕਬੀਰ ਸਿੰਘ ਕਰਕੇ ਜਿਹੜਾ ਹੈ ਆਪਣੀ ਚਾਲ ਚੱਲ ਕੇ ਉਹ ਜਿਹੜਾ ਬੀਤਦਾ ਜਾ ਰਿਹਾ ਹੈ। ਕਬੀਰ ਜੀ ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਹੈ, ਜਿਹੜਾ ਤੇ ਪਹਿਲ ਪਹਿਲ ਵੱਧ ਚੁੱਕਿਓ ਕਹੋ ਅਮਨ ਵਿੱਚ ਭੇਜਿਆ। ਕਬੀਰ ਜੀ ਕਹਿੰਦੇ ਪਿਆਰਿਆ ਤੱਪ ਜਾਂਦੇ ਆ ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਕਹਿੰਦੇ ਪਹਿਰਾਂ ਤੋਂ ਬਾਅਦ ਸ਼ੁਰੂ ਹੋਈਆਂ ਘੜੀਆਂ, ਕਹਿੰਦੇ ਇੱਕ ਇੱਕ ਘੜੀ ਕਰਕੇ ਸਾਰੀਆਂ ਘੜੀਆਂ ਜਿਹੜੀਆਂ ਨੇ ਉਹ ਵੀ। ਕਬੀਰ ਜੀ ਕਹਿੰਦੇ ਮਾਤਾ ਦੀ ਗੋਦ ਵਿੱਚ ਜਦੋਂ ਬੱਚਾ ਹੁੰਦਾ ਨਾ ਤੇ ਮਾਤਾ ਗੋਦ ਵਿੱਚ ਬੱਚੇ ਨੂੰ ਬੜਾ ਲਾਡ ਲਗਾ ਕੇ ਮੇਰਾ ਪੁੱਤ ਵੱਡਾ ਹੋ ਗਿਆ, ਬੜੇ ਪਜਾਮਾ ਦਾ ਉਹ ਮੇਰੇ ਦਿਨ ਮਨਾਉਂਦੇ ਆ, ਇਹਦਾ ਜਨਮ ਦਿਨ ਹੈ, ਇਹ ਜਾ ਕੇ ਸਾਡੀ ਤਾਰੀ ਆ ਉੱਪਰ ਅਸੀਂ ਤੇ ਕਹਿ ਰਹੇ ਵੱਡਾ ਹੋ ਗਿਆ ਚਾਲੀ ਜਿਹੜੀ ਉਮਰ ਹੈ ਉਹ ਭਾਰਤ ਵਾਸੀਆਂ ਪਾਣੀ ਦੇ ਵਿੱਚ ਡੋਲ ਰਹੇ ਉੱਠੇ ਫਿਰ ਪੁੱਟ ਗਿਆ ਫਿਰ ਪਾਣੀ ਆ ਫਿਰ ਡੁੱਬ ਗਿਆ ਬਸੇ
ਦੀ ਗਿਣਤੀ ਹੈ। ਜਨਮਤਿਆਂ ਦੇ ਕਰਮ ਕਰਕੇ ਜਨਮ ਲੈ ਲਿਆ, ਫਿਰ ਮਰ ਗਿਆ, ਕਰਮ ਕਰਕੇ ਮਰ ਗਿਆ, ਸਮਾਂ ਪਾਇਆ ਮਰ ਗਿਆ, ਫਿਰ ਮਰ ਪਿਆ। ਇਹਨਾਂ 84 ਦਾ ਜਿਹੜਾ ਇਹਨਾਂ ਰੁੱਖ ਕਈ ਜਨਮ ਪਏ। ਮਰਨ ਵਾਲਾ ਇਹ ਜੀਵਨ ਨਹੀਂ, ਇਹ ਮਰਨ ਵਾਲਾ ਜੀਵਨ ਜੀਵ ਆਤਮਾ ਜਿਹੜੀ ਮਰਨ ਵਾਲੀ ਹੁੰਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਗੁਰਬਾਣੀ ਵਿੱਚੋਂ ਸਮਝਾਇਆ ਇੱਕ ਫੂਕ ਮਾਤਰ 5 ਮਿੰਟਾਂ ਵਿੱਚ ਰੱਬ ਦੇ ਦੇਵਾਂ, ਸਾਡੀ ਗੱਲ ਸਮਝ ਵਿੱਚ ਆ ਜਾਵੇ। ਅਤੇ ਗੱਲ ਜਿਹੜੀ ਜ਼ਿੰਦਗੀ ਦੀ ਹੈ ਗੁਰਮੁਖ, ਉਹ ਇਹੋ ਹੀ ਹੈ ਕਿ ਪਰਮਾਤਮਾ ਦਾ ਭਾਣਾ ਮੰਨਣਾ। ਜੇ ਭਾਣਾ ਤੂੰ ਤਾਂ ਹੁਕਮ ਹੈ ਉਹਦੀ ਰਜਾ, ਜਿਹੜਾ ਰਜਾ ਵਿੱਚ ਰਹਿੰਦਾ ਹੈ ਉਹ ਸੌਖਾ ਜੀਵਨ ਬਤੀਤ ਰੱਬ ਉੱਤੇ ਮਿਹਰ ਕਰ ਦਿੰਦਾ ਹੈ। ਅਤੇ ਨਹੀਂ ਤੁਹਾਨੂੰ ਪਤਾ ਦੁੱਖ ਰੋਣਾ ਸਾਡੇ ਮਨੁੱਖਾਂ ਦੇ ਪੱਲੇ ਹੈ। ਰੋਏ ਕੌਣ ਵੀ ਵੱਡੇ ਵੱਡੇ ਅਵਤਾਰ ਵੀ ਹੋਏ, ਜਦੋਂ ਲਕਸ਼ਮਣ ਨੂੰ ਮੌਤ ਆਈ ਤੇ ਉਹਦਾ ਭਰਾਤਾ ਤ੍ਰਿਪਤੇ ਦਾ ਅਵਤਾਰ ਰਾਮ ਚੰਦਰ ਧਾਰਾ ਮਾਰ ਮਾਰ ਕੇ ਰੋਇਆ। ਅਵਤਾਰਾਂ ਨੂੰ ਕੀ ਰੋਣਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਰੀਰ ਕਰਕੇ ਜਦੋਂ ਚਲੇ ਗਏ ਤੇ ਬਾਬਾ ਸ਼੍ਰੀ ਚੰਦ ਧਾਰਾ ਮਾਰ ਮਾਰ ਕੇ ਰੋਇਆ। ਅਸੀਂ ਤੇ ਫਿਰ ਵੀ ਸੰਸਾਰੀ ਜੀਵ ਹੈ, ਸਾਡੇ ਤੇ ਹੱਥ ਵਸ ਭਾਣੇ ਵਿੱਚ ਰਹਿਣ ਵਾਲੇ ਵੀ ਰੋਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸਿਰਫ 5 ਮਿੰਟਾਂ ਵਿੱਚ ਮੈਂ ਤੁਹਾਡੇ ਸਾਹਮਣੇ ਕਰ ਦੇਵਾਂ ਕਿ ਭਾਣਾ ਮੰਨਣਾ ਸਾਡਾ ਕਿੱਥੋਂ ਕਿਤੇ ਹੈ ਅਤੇ ਕਿਵੇਂ ਭਾਣਾ ਮੰਨਣ ਵਾਲੇ ਗੁਰੂ ਸਾਹਿਬਾਨ ਦੇ ਵੇਲੇ ਹੋਏ ਨੇ, ਕਿਵੇਂ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬੈਠੇ ਸਨ ਅਤੇ ਭਾਣੇ ਦੀ ਗੱਲ ਕਰਦੇ ਸਨ। ਸਤਿਗੁਰੂ ਕਹਿੰਦੇ ਬਈ ਦੁੱਖ ਸੁੱਖ ਦੇ ਵਿੱਚ ਸਿੱਖ ਨੂੰ ਭਾਣਾ ਮੰਨਣਾ ਚਾਹੀਦਾ ਉਸ ਬਾਲਕ ਦਾ। ਇੱਕ ਗੁਰਮੁਖ ਨਾਮ ਦਾ ਸਿੱਖ ਹੱਥ ਬੰਨ ਕੇ ਖੜਾ ਹੋ ਗਿਆ, ਸੱਚੇ ਪਾਤਸ਼ਾਹ ਭਾਣਾ ਮੰਨਣ ਵਾਲਾ ਕੋਈ ਸਿੱਖ ਹੈ ਆਪਣੀ ਨਿਗਾਹ ਦੇ ਵਿੱਚ, ਆਪਦਾ ਕੋਈ ਪਿਆਰਾ ਜਿਹੜਾ ਭਾਣੇ ਵਿੱਚ ਰਹਿੰਦਾ ਹੋਵੇ ਅਤੇ ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮੈਂ ਸੰਖੇ ਸਾਰੇ ਅੱਜ ਆਪਾਂ ਸਰਦਾਰ ਸ਼ਾਸਤਰੀ ਦੇ ਪੁੱਤਰ
ਸਾਰੇ ਸਮਾਜਾਂ ਦੀ ਜ਼ਿੰਦਗੀ ਵਿੱਚ ਆਏ। ਸੋ ਬੇਨਤੀ ਕਰਦੇ ਹਾਂ, ਅਰਜ਼ ਕਰਦੇ ਹਾਂ ਕਿ ਗੁਰੂ ਦਾ ਪਾੜਾ ਉਸ ਮਾਲਕ ਦਾ ਪਾੜਾ ਮਨੁੱਖ ਦੇ ਹੱਥ ਬਸ ਅਸੀਂ ਪਾੜਾ ਹੀ ਮੰਗ ਸਕਦੇ ਹਾਂ। ਪਾੜੇ ਦੇ ਵਿੱਚ ਜਿਹੜੀ ਸਭ ਤੋਂ ਸੱਚੀ ਸਰਾਂਦੀ ਆਪ ਸਭ ਸੱਚੇ ਪਾਤਸ਼ਾਹ ਰੱਖਿਆ ਕਰੋ, ਮਿਹਰ ਕਰੋ। ਇਹ ਬੇਨਤੀ ਆਪਾਂ ਅਰਦਾਸ ਵਿੱਚ ਸਾਰਿਆਂ ਨੇ ਕਰਨੀ ਹੈ। ਸੋ ਗੁਰਮੁਖੋ ਇਹ ਉਸ ਕਰਕੇ ਦਾ ਪਾੜਾ ਹੈ, ਇਹ ਸਮਾਂ ਸਭ 'ਤੇ ਆਉਂਦਾ ਹੈ, ਸਭ 'ਤੇ ਜਾ ਰਿਹਾ। ਜੋ ਆਇਆ ਸੋ ਚੱਲ ਸੀ, ਜੋ ਸੰਸਾਰ ਵਿੱਚ ਪੈਦਾ ਹੋਇਆ ਉਹਨੇ ਇੱਕ ਦਿਨ ਚੱਲੇ ਜਾਣਾ। ਸਮਾਂ ਪਾ ਕੇ ਜਿੰਨਾ ਕੁ ਸਮਾਂ ਉਸ ਮਾਲਕ ਨੇ ਦਿੱਤਾ ਹੈ, ਇਸੇ ਤਰ੍ਹਾਂ ਜਿੰਨਾ ਕੁ ਸਮਾਂ, ਜਿੰਨਾ ਕੁ ਸੰਬੰਧ ਭਾਈ ਹੁਸ਼ਿਆਰ ਸਿੰਘ ਦੇ ਪਰਿਵਾਰ ਦੇ ਨਾਲ ਇਸ ਬੱਚੇ ਦਾ ਸੀ, ਉਹਨਾਂ ਕੁ ਜਿਹਾ ਕਿ ਨਹੀਂ ਬੱਚਿਆ ਜਿਹਾ ਕਮਾਏ ਧੱਲਿਆ ਮਹਿਨਤ ਸਦੇ ਉੱਠੀ ਜਾਏ, ਧੱਲਿਆ ਜੀਵ ਸੰਸਾਰ ਵਿੱਚ ਆਉਂਦਾ ਅਤੇ ਸਦਿਆ ਜੀਵ ਪਰਮਾਤਮਾ ਦੇ ਹੁਕਮ ਮੁਤਾਬਕ ਸੰਸਾਰ ਵਿੱਚੋਂ ਚੱਲਿਆ ਜਾਂਦਾ। ਭਾਵੇਂ ਕੋਈ ਬਾਲਕ ਹੈ, ਭਾਵੇਂ ਕੋਈ ਬੁੱਢਾ ਹੈ, ਇਹ ਉਸ ਮਾਲਕ ਦੀ ਰਜ਼ਾ ਹੈ, ਉਸ ਮਾਲਕ ਦਾ ਹੁਕਮ ਹੈ। ਸਾਡੇ ਹੱਥ ਵਿੱਚ ਬਸ ਕੁਝ ਨੇ, ਆਓ ਸਾਰੀਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਉਹ ਨਾਨਕਪੁਰ ਘਰ ਵਾਪਸ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਮਾਂ ਹੋ ਚੁੱਕਾ ਹੈ। ਅਨੰਦ ਸਾਹਿਬ ਦੀ ਬਾਣੀ ਵਿੱਚ ਸਾਰੇ ਬੋਲਿਓ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਅਤੇ ਸਾਰਿਆਂ ਨੇ ਇੱਕ ਮਨ ਹੋ ਕੇ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ। ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰੂ ਨੇ ਪਾਇਆ ਪਾਇਆ ਸਹਿਜ ਜੀ ਕੀ ਮਨ ਦੀਆਂ ਬਧਾਈ ਲਾਲ ਅਕਰਵਾਲ ਪ੍ਰੀਆ ਸ਼ਬਦ ਗਾਨ ਆਈਆ ਦਾ ਜਿੰਦੀ ਕਾਰ ਕੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗਗਾ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮ ਦੇ ਸਾਰ ਕੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵਾਏ ਸਦਾ ਸਿਮਰਤ ਸਲਾਹ ਤੇਰੀ ਨਾਮ ਮਨ ਵਸਾਵਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸਾਜਨਾ ਆਧਾਰ ਮੇਰਾ ਸਿਰੇ ਸਰੇ ਕਿਸਨ ਸਵਾਸਨ ਸੰਗ੍ਰਿਵਾਇ ਇਨਾਮ ਸਰਵਾਨੀ ਮਨ ਰਵਾਇ
ਸਿੱਧੀ ਪੈ ਪੰਜੀ ਜੀਤ ਸ੍ਰੀ ਸਾਹਿਬ ਸੁਹਾਇ ਮਾਤਾ ਜੀ ਕੋ ਬੋਲ ਬਣੇ ਬੋਲਾ ਜੀ ਸਿੱਖਾਂ ਸੰਵਿਧਾਨ ਕੇ ਸਗਰਾਂ ਰਹਿਣ ਸਗਰਾਂ ਕੋਈ ਕਰਾਂ ਇਨਸਾ ਬਣੇ ਬੋਲੇ ਜਗੋ ਜੁਗ ਅਟਾਰ ਧਰਮ ਦਾ ਜੈਕਾਰ ਬੋਲਾ ਜੀ ਸਾਹਿਬ ਸੁਹਾਇ ਆਨਾ ਜੀ ਹੋਣ ਸਾਰ ਜਿਹਾ ਜੀ ਗਿਆ ਤਿਆ ਗੁਰੂ ਕਮਾਏ ਕਲੇ ਆਵੇ ਨਾਨਕਾ ਸਦੀ ਉੱਠੀ ਜਾਏ ਜਮਾ ਵਾਤਨ ਸਾਧ ਕਈ ਜਨ ਹੋਗੇ ਭਾਈ ਚਮਕੌਰ ਸਿੰਘ ਜੀ ਜੋ ਆਪ ਜੀ ਦੀ ਸਵਾਸਾਂ ਦੀ ਪੂਜੀ ਨੂੰ ਬਖਸ਼ੀ ਹੋਏ ਸਨ ਪਰ ਸੱਜੇ ਪਾਤਸ਼ਾਹ ਦੇ ਸਵਾਸਾਂ ਦੀ ਪੂਜੀ ਨੂੰ ਭੋਗਦੇ ਹੋਏ ਇਸ ਮਾਤ ਲੋਕ ਨੂੰ ਆਪ ਦੇ ਚਰਨਾਂ ਦੇ ਵਿੱਚ ਆਪ ਰਾਜਵਾਨ ਸਨ ਪਰ ਸੱਜੇ ਪਾਤਸ਼ਾਹ ਜੀ ਪਿਛੜੀ ਨੂੰ ਭਾਈ ਚਮਕੌਰ ਸਿੰਘ ਨੂੰ ਚਰਨਾਂ ਦਾ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਸਾਧ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮਹਾਰਾਜ ਸੇਵਕ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਭਾਈ ਹੁਸ਼ਿਆਰ ਸਿੰਘ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਭਾਈ ਚਮਕੌਰ ਸਿੰਘ ਜੀ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਨੂੰ ਪਰਸੋਂ ਦੇ ਦਿਨ ਤੋਂ ਲੈ ਕੇ ਰੱਬੀ ਬਾਣੀ ਇਲਾਹੀ ਬਾਣੀ ਧੁਰਕੀ ਬਾਣੀ ਸਮੂਹ ਸਾਧ ਸੰਗਤ ਦੀ ਅਰਦਾਸ ਆਪਣੇ ਟਹਿਰਮਾਂ ਦੀ ਅਰਦਾਸ ਆਪ ਜੀ ਦੇ ਚਰਨਾਂ ਦੇ ਪਾਸ ਸਤਿਗੁਰ ਸੱਜੇ ਪਾਤਸ਼ਾਹ ਸਮੂਹ ਸੰਗਤ ਦੀ ਅਰਦਾਸ ਆਪਣਾ ਬੇਨਤੀ ਜੋੜੀ ਜਾਂਦੇ ਪ੍ਰਵਾਨ ਕਰਦੇ ਸੁਖ ਸ਼ਾਂਤੀ ਵਰਤਾਇਓ ਨਗਰ ਖੇੜੇ ਵਿੱਚੋਂ ਸੁਖ ਸ਼ਾਂਤੀ ਵਰਤਾਇਓ ਭਾਈ ਹੁਸ਼ਿਆਰ ਸਿੰਘ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਜੋ ਸੁਹਣੇ ਪਹਿਚਾ ਕੇ ਪਹਿਨਾਏ ਗਏ ਵਿਅਰਥ ਮਾਇਆ ਭੇਟਾ ਕੀਤੀ ਗਈ ਹੈ ਮਹਾਰਾਜ ਜਿਸ ਖਜ਼ਾਨੇ ਵਿੱਚੋਂ ਮਾਇਆ ਆਈ ਹੈ ਵਸਤਰ ਆਏ ਸੋ ਖਜ਼ਾਨੇ
ਦਰਦਿ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰਿ ਨਿਜ ਦੁਖ ਨ ਸਕੈ ਵਿਆਪ ਜੀਨ ਦਰਦਿ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰਿ ਨਿਜ ਦੁਖ ਨ ਸਕੈ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸਨਾ ਸੂਝੈ ਇਹ ਜਤਨ ਕਾਟ ਕਰ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਨ ਦੀਵਾਨ ਸੱਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਨ ਦੀਵਾਨ ਸੱਚਾ ਨਾਨਕ ਕੇ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹੀ ਕਾਰਨ ਸਾਡੇ ਗੁਰੂਆਂ ਨੇ ਆਦੇਸ਼ ਦਿੱਤਾ ਸੀ ਪਾਤਸ਼ਾਹ ਤੋਂ ਲੈ ਕੇ
Grazie.